एक नवां नवें नवें इशू आ रहे ने। एक नवां इशू ये आ कि जदों ऊबर का ऑपरेटर चला रहा हुंदा ते नाल पैसेंजर बैठा, जे उस कार का एक्सीडेंट हो जाता तो कौन कवर करेगा? आम तौर पर मन दे विच आउंदा कि ICBC, क्योंकि ICBC की इंश्योर्ड कार है। BC की नहीं, इस तरह है नहीं। दे पॉल अरोड़ा जी ने जिहड़े कि ऊबर के ड्राइवर हैं और उन्होंने जी वापरी है वो अपनी स्टोरी शेयर करना चाहते हैं ताकि बाकी ऊबर के जोड़े ऑपरेटर्स ने उन्होंने भी इस बारे पता लग सके। हो सकता किसी होर ने भी एक्सपीरियंस किया हो, लेकिन कई नवी गल् ने जिड़िया इस पता लगन गई। ऊबर की जी इंश्योरेंस कवरेज है वह भी कट के देखी, हूँ वो कई चीजा है जी सामने आई हैं। पहली चीज ये हैगी हाले तो मेरा इस एक्सीडेंट मेरी फॉल्ट है नहीं थी, तो भी मनो हाथ पल नहीं फड़ा रहे। पर एक चीज होर हैगी है जी, जे एक्सीडेंट मेरी फॉल्ट होंगी $2500 का डिडक्टेबल पहले ऊबर मंगती है, जो कि तुहानू देना ही पैना। ਤੁਹਾਡੇ ਰੀਅਰ ਐਂਡ ਕੀਤਾ ਕਿਸੇ ਨੇ, ਪਰ ਉਹਦੇ ਵਿੱਚ ਉਹ ਪੂਰੀ ਕਵਰੇਜ ਨਹੀਂ ਕਰਦੇ। ਜੇ ਤੁਹਾਡੀ ਕਾਰ ਫਰਜ਼ ਕਰੋ ਰਾਈਟ ਆਫ ਹੋ ਜਾਂਦੀ ਹੈ, 60,000 ਦੀ ਤੁਹਾਡੀ ਕਾਰ ਆ, ਫਿਰ ਕੀ ਹੋਏਗਾ? ਜਦ ਮੈਂ ਆਨਲਾਈਨ ਚਲਾ ਗਿਆ ਉਸ ਤੋਂ ਬਾਅਦ ICBC ਨੇ ਕੁਝ ਨਹੀਂ ਕਰਨਾ। ਉਹ ਕਹਿੰਦੇ ਹੁਣ ਤੂੰ ਸਾਰਾ ਕੁਝ ਊਬਰ ਤੇ ਸਰ 2-2 ਘੰਟੇ ਵੇਟ ਲਾਈਨ 'ਚ ਕਰਕੇ ਨਾ, ਦੋ ਮੇਰੇ ਕੋਲ ਰੈਕਰਡ ਹੈਗੇ, 2-2 ਘੰਟੇ ਵੇਟ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਇੱਦਾਂ ਹੈਗਾ, ਇਹ ਕਹਿ ਰਹੇ ਹੈ ਊਬਰ ਵਾਲੇ, ਇਹ ਕਹਿ ਰਹੇ ਹੈ, ਸਾਰਾ ਰੈਕਰਡ ਊਬਰ ਦਾ ਹੈਗਾ। The Harjinder Thin Show. हाँ, एक होर मसला जिहड़ा ऊबर का चल रहा है, ऊबर दे विच कई किस्म दियां त्रुटियां सिस्टम दे विच लग रही ने ऐप दे विच, पर बड़ी स्मार्ट ऐप है दरअसल उन्हां दी बनाई हुई। हुण एक नवां नवें नवें इशू आ रहे ने। एक नवां इशू ये आ कि जदों ऊबर का ऑपरेटर चला रहा हुंदा ते नाल पैसेंजर बैठा, जे उस कार का एक्सीडेंट हो जाता है तो कौन कवर करेगा? आम तौर पर मन दे विच आउंदा कि ICBC, क्योंकि ICBC की इंश्योर्ड कार है। BC की नहीं, इस तरह है नहीं। और एक खास केस है मेरे नाल अज दे पॉल अरोड़ा जी ने जिहड़े कि ऊबर के ड्राइवर हैं और उन्होंने जी वापरी है वो अपनी स्टोरी शेयर करना चाहते हैं ताकि बाकी ऊबर के जोड़े ऑपरेटर्स ने उन्होंने भी इस बारे पता लग सके। हो सकता किसी होर ने भी एक्सपीरियंस किया हो, लेकिन कई नवी गल् ने जिड़िया इस पता लगन गई। देवपाल जी, जी आयान हो, तुहाडा बहुत बहुत स्वागत है, वेलकम। सत श्री अकाल थिन साहब, पहले तो दसो भी की घटना वापरी थोड़े नाल? थिन साहब, ऊबर चला रहा थी मैं, पैसेंजर चक्या, पैसेंजर चक के मैं इंटरसेक्शन पे खड़ा होया जी, पिछो कार आई ते उन्हें मनो रियर एंड करता। उस तो बाद मैं जिदा प्रोसीजर फॉलो करी दा, मैं जाके ICBC नू फोन किता, उन्होंने दसिया कि मेरा एक्सीडेंट हो गया। ਉਹ ਕਹਿੰਦੇ ਜੇ ਤੁਸੀਂ ਟ੍ਰਿਪ ਲੈ ਲੈਂਦੇ ਹੋ ਉਸ ਤੋਂ ਬਾਅਦ ਜਿਹੜੀ ਕਵਰੇਜ ਹੈ ਉਹ ਸਾਰੀ ਊਬਰ ਤੇ ਚਲੀ ਜਾਂਦੀ ਹੈ, ਅਸੀਂ ਉਹਨਾਂ ਨੇ ਮੇਰੀ ਰਿਪੋਰਟ ਵੀ ਨਹੀਂ ਲਈ। ਸੋ ਜਦੋਂ ਊਬਰ ਦਾ ਐਕਸੀਡੈਂਟ ਹੋ ਜੇ ਪੈਸੰਜਰ ਵਿੱਚ ਬੈਠਾ ਹੋਏ ਤਾਂ ICBC ਕਵਰ ਨਹੀਂ ਕਰਦੀ ਡੈਮੇਜ ਨੂੰ, ਊਬਰ ਵਾਲੇ ਕਰਦੇ ਆ? ਸਰ, ਜਦ ਅਸੀਂ ਟ੍ਰਿਪ ਐਕਸੈਪਟ ਕਰ ਲੈਂਦੇ ਹਾਂ ਨਾ, ਉਸ ਤੋਂ ਬਾਅਦ ਹੀ ਇਹ ਕੰਮ ਸ਼ੁਰੂ ਹੋ ਜਾਂਦਾ। ਅੱਛਾ, ਪੈਸੰਜਰ ਨਹੀਂ ਵੀ ਚੁੱਕਿਆ ਹੋਏ ਅਸੀਂ ਉਹਨਾਂ ਵੱਲ ਜਾ ਰਹੇ ਹਾਂ, ਤਾਂ ਹੀ ਉਹ ਸ਼ੁਰੂ ਹੋ ਜਾਂਦਾ ਕਵਰੇਜ ICBC ਤੋਂ ਹਟ ਕੇ ਊਬਰ ਤੇ ਚਲੀ ਜਾਂਦੀ। ਪਰ ਤੁਹਾਡੀ ਜਿਹੜੀ ਬੇਸਿਕ ਇੰਸ਼ੋਰੈਂਸ ਆ ਉਹ ਤਾਂ ICBC ਨਾਲ ਹੈ। ਉਸ ਤੋਂ ਬਾਅਦ ਬਲੈਂਕਟ ਇੰਸ਼ੋਰੈਂਸ ਊਬਰ ਦੀ, ਜਿੱਦਾਂ ਹੀ ਅਸੀਂ ਟ੍ਰਿਪ ਐਕਸੈਪਟ ਕਰ ਲੈਂਦੇ ਹਾਂ ਅਸੀਂ ਊਬਰ ਦੇ ਕਵਰੇਜ ਦੇ ਅੰਦਰ ਚਲੇ ਜਾਂਦੇ ਹਾਂ, ਬਲੈਂਕਟ ਇੰਸ਼ੋਰੈਂਸ ਦੇ ਅੰਦਰ। ਅੱਛਾ, ਫਿਰ ਕੀ ਹੋਇਆ? ਫਿਰ ਮੈਂ ਊਬਰ ਨੂੰ ਫੋਨ ਕੀਤਾ, ਊਬਰ ਕਹਿੰਦੀ ਨਹੀਂ ਤੁਸੀਂ ICBC ਤੇ ਫੋਨ ਕਰੋ, ਇਹ ਉਹਨਾਂ ਨੇ ਡੀਲ ਕਰਨਾ। ਤਿੰਨ ਵਾਰ ਮੈਂ ICBC ਨੂੰ ਫੋਨ ਕੀਤਾ, ਤਿੰਨ ਵਾਰ ਮੈਂ ਫਿਰ ਊਬਰ ਨੂੰ ਕੰਟੈਕਟ ਕੀਤਾ, ਉਹਨਾਂ ਨੇ ਹੱਥ ਪੱਲੇ ਕੁਛ ਨਹੀਂ ਫੜਾਇਆ। ਉਹ ਕਹਿੰਦੇ ICBC ਨਾਲ ਹੀ ਡੀਲ ਕਰ, ICBC ਨੇ ਦੀ ਪਾਲਿਸੀਆਂ ਮੈਂ ਕੱਢ ਕੇ ਦੇਖੀਆਂ ਤੇ ਊਬਰ ਦੀ ਜਿਹੜੀ ਇੰਸ਼ੋਰੈਂਸ ਕਵਰੇਜ ਹੈ ਉਹ ਵੀ ਕੱਢ ਕੇ ਦੇਖੀ, ਹੁਣ ਉਹਦੇ 'ਚ ਕਈ ਚੀਜ਼ਾਂ ਹੈਗੀਆਂ ਜਿਹੜੀ ਸਾਹਮਣੇ ਆਈਆਂ। ਪਹਿਲੀ ਚੀਜ਼ ਇਹ ਹੈਗੀ ਹੈ ਹਾਲੇ ਤਾਂ ਮੇਰਾ ਇਸ ਐਕਸੀਡੈਂਟ 'ਚ ਮੇਰੀ ਫੋਲਟ ਹੈ ਨਹੀਂ ਸੀ, ਤਾਂ ਵੀ ਮੈਨੂੰ ਹੱਥ ਪੱਲੇ ਨਹੀਂ ਫੜਾ ਰਹੇ। ਪਰ ਇੱਕ ਚੀਜ਼ ਹੋਰ ਹੈਗੀ ਹੈ ਜੀ, ਜੇ ਐਕਸੀਡੈਂਟ ਮੇਰੀ ਫੋਲਟ ਹੁੰਦੀ $2500 ਦਾ ਡਿਡਕਟੇਬਲ ਪਹਿਲੇ ਊਬਰ ਮੰਗਦੀ ਹੈ, ਜੋ ਕਿ ਤੁਹਾਨੂੰ ਦੇਣਾ ਹੀ ਪੈਣਾ। ਤੁਹਾਡੇ ਰੀਅਰ ਐਂਡ ਕੀਤਾ ਕਿਸੇ ਨੇ? ਹਾਂਜੀ, ਇਹਦੇ ਵਿੱਚ ਤਾਂ ਮੇਰੀ ਫੋਲਟ ਹੈ ਨਹੀਂ ਸੀ, ਪਰ ਜਿਹੜੀ ICBC ਦੀ ਕਵਰੇਜ ਹੈ, ਜਿੱਦਾਂ ਹੁਣ ਅਸੀਂ 50,000 60,000 ਦੀ ਕਾਰਾਂ ਲੈ ਕੇ ਊਬਰ ਚਲਾਉਣ ਲੱਗ ਜਾਂਦੇ ਹਾਂ, ਉਹਦੀ ਬੜੀ ਲਿਮਿਟਿਡ ਕਵਰੇਜ ਹੈਗੀ ਹੈ ਜਿਹੜੀ ਊਬਰ ਦਿੰਦੀ ਹੈ। ਉਹ ਵੀ ਉੱਥੇ ਉਹਨਾਂ ਨੇ ਲਿਖਿਆ ਹੋਇਆ
ਜੇ ਅਸੀਂ ਡੀਮ ਕਰਾਂਗੇ ਕਿ ਕਵਰੇਜ ਹੈਗੀ ਹੈ ਤਾਂ ਠੀਕ ਹੈ, ਨਹੀਂ ਤਾਂ ਕੁਛ ਨਹੀਂ ਦੇਣਾ। ਹੁਣ ਜੇ ਥਿੰਨ ਸਾਹਿਬ ਜੇ ਮੇਰਾ ਐਕਸੀਡੈਂਟ ਭਾਰੀ ਹੁੰਦਾ ਹੁਣ ਦਾ ਥੋੜਾ ਸੀਗਾ ਤੇ ਕਸਟਮਰ ਨੂੰ ਵੀ ਸੱਟ ਵੱਜੀ ਹੁੰਦੀ ਜਾਂ ਮਨੋ ਵੱਜੀ ਹੁੰਦੀ ਤੇ ਮੇਰੇ ਹੱਥ ਪੱਲੇ ਨਾ ICBC ਕੁਛ ਕਰ ਰਹੀ ਹੈ ਨਾ ਉਬਰ ਕੁਛ ਕਰ ਰਹੀ ਹੈ, ਤੇ ਕਾਰ ਵੀ ਗਈ ਤੇ ਸੱਟ ਵੀ ਵੱਜ ਗਈ ਤੇ ਮੈਨੂੰ ਹੁਣ ਦੱਸੋ ਕੌਣ ਹੈਲਪ ਕਰੇਗਾ ਇਸ ਟਾਈਮ ਤੇ। ਸੋ ਉਬਰ ਨੇ ਇੱਕ ਬਲੈਂਕਟ ਕਵਰੇਜ ਲਈ ਹੋਈ ਆ ਆਪਣੇ ਸਾਰੇ ਡਰਾਈਵਰਸ ਲਈ, ਇਜ਼ ਦੈਟ ਕਰੈਕਟ? ਹਾਂਜੀ ਹਾਂਜੀ, ਪਰ ਉਹਦੇ ਵਿੱਚ ਉਹ ਪੂਰੀ ਕਵਰੇਜ ਨਹੀਂ ਕਰਦੇ। ਜੇ ਤੁਹਾਡੀ ਕਾਰ ਫਰਜ਼ ਕਰੋ ਰਾਈਟ ਆਫ ਹੋ ਜਾਂਦੀ ਹੈ, 60,000 ਦੀ ਤੁਹਾਡੀ ਕਾਰ ਆ, ਫਿਰ ਕੀ ਹੋਏਗਾ? ਉੱਥੇ ਲਿਖਿਆ ਹੋਇਆ, ਉੱਥੇ ਲਿਖਿਆ ਹੋਇਆ ਜੀ ਲਿਮਿਟਿਡ ਕਵਰੇਜ ਹੈ, ਪੂਰੀ ਉਹਨਾਂ ਦੀ ਪਾਲਿਸੀ ਲਿਖਿਆ ਹੋਇਆ ਲਿਮਿਟਿਡ ਕਵਰੇਜ ਜਿੱਦਾਂ ਉਹ ਡੀਮ ਕਰਨਗੇ। ਹੁਣ ਡੀਮ ਕੌਣ ਕਰੇਗਾ? ਉੱਥੇ ਤਾਂ ਕੋਈ ਫੋਨ ਨਹੀਂ ਆਨਸਰ ਕਰਦਾ, ਕੋਈ ਨੰਬਰ ਹੈ ਨਹੀਂ ਗੱਲ ਕਰਨ ਨੂੰ, ਕਹਿੰਦੇ ਐਪ ਤੇ ਪਾ ਦਿਓ, ਅਸੀਂ ਤੁਹਾਨੂੰ ਜਦ ਬੁਲਾਵਾਂਗੇ ਤਾਂ ਬੁਲਾਵਾਂਗੇ। ਇਹਦਾ ਮਤਲਬ ਹੁਣ ਜੇ ਮੇਰੀ ਕਾਰ ਡਾਊਨ ਹੋ ਗਈ 4 ਦਿਨ ਜਾਂ 5 ਦਿਨ, ਇੱਕੋ ਕਾਰ ਮੇਰੇ ਕੋਲ ਹੈ, ਪਰਿਵਾਰ ਨੂੰ ਕਿੱਦਾਂ ਲੈ ਕੇ ਜਾਣਾ, ਸ਼ੋਪਿੰਗ ਕਿੱਦਾਂ ਕਰਨੀ ਹੈ, ਨਿਆਣਿਆਂ ਨੂੰ ਕਿੱਦਾਂ ਛੱਡਣਾ? ਕਾਰ ਤਾਂ ਗਈ, ਕਵਰੇਜ ਵੀ ਨਹੀਂ ਹੈ, ਕੋਈ ਹੋਰ ਹੱਥ ਪੱਲੇ ਵੀ ਨਹੀਂ ਹੈ, ਉਹਦਾ ਸੋਲੂਸ਼ਨ ਇਹਨਾਂ ਨੇ ਦਿੱਤਾ ਨਹੀਂ ਹੋਇਆ। ਤੇ ਅਸੀਂ ਭੱਜ ਤਾਂ ਲੈਂਦੇ ਹਾਂ, ਉਬਰ ਕਰ ਲਈਏ ਉਬਰ ਕਰ ਲਈਏ, ਮੈਂ ਵੀ ਦੇਖਿਆ ਮੇਰੇ ਫਰੈਂਡ ਦਾ ਐਪ, ਚਲੋ ਪੈਸੇ ਬਣਦੇ ਆ, ਮੈਂ ਵੀ ਭੱਜ ਲਿਆ, ਕਰ ਲਓ ਕਰ ਲਓ। ਇਹ ਨਹੀਂ ਪਤਾ ਚੱਲਿਆ ਕਿ ਕਿੰਨਾ ਰਿਸਕ ਹੈ ਤੇ ਕਿੰਨੀ ਜ਼ਿਆਦਾ ਸਾਡੇ ਤੇ ਰਿਸਪੋਂਸੀਬਿਲਿਟੀ ਹੈ ਜਦ ਕੁਛ ਹੋ ਜਾਂਦਾ ਤਾਂ। ICBC ਵਾਲੇ ਨਾਲ ਜਦੋਂ ਤੁਹਾਡੀ ਗੱਲ ਹੋਈ, ਉਹ ਕਹਿੰਦੇ ਕਿ ਅਸੀਂ ਕਵਰ ਕਰਦੇ ਹੀ ਨਹੀਂ ਗੇ, ਜਾਂ ਇਸ ਪਰਟੀਕੂਲਰ ਕੇਸ ਨੂੰ ਨਹੀਂ ਕਰ ਸਕਦੇ, ਤੁਹਾਡੇ ਕੇਸ ਦੇ ਵਿੱਚ ਨਹੀਂ ਕਰ ਸਕਦੇ, ਜਾਂ ਕਿ ਪਾਲਿਸੀ ਹੈ ਉਹਨਾਂ ਦੀ? ਇਹ ਉਹ ਕਹਿੰਦੇ ਜੀ ਕਲੀਅਰ ਪਾਲਿਸੀ ਹੈ, ਉਹਨਾਂ ਨੇ ਕਲੀਅਰ ਪਾਲਿਸੀ ਲਿਖੀ ਹੋਈ ਹੈ ਕਿ ਦ ਮਿਨਟ ਯੂ ਐਕਸੈਪਟ, ਜਿੱਦਾਂ ਹੀ ਅਸੀਂ ਟ੍ਰਿਪ ਨੂੰ ਲੈ ਲੈਂਦੇ ਹਾਂ, ਉਸ ਤੋਂ ਬਾਅਦ ICBC ਦੀ ਰਿਸਪੋਂਸੀਬਿਲਿਟੀ ਖਤਮ ਹੋ ਜਾਂਦੀ ਹੈ। ਮੈਂ ICBC ਤੋਂ ਦੱਸਿਆ ਹੋਇਆ ਕਿ ਮੈਂ ਉਬਰ ਚਲਾਉਣਾ, ਮੈਂ ਉਹਨਾਂ ਤੋਂ ਕਵਰੇਜ ਲਿੱਤੀ ਹੋਈ ਹੈ ਕਿ ਮੈਂ ਪਰਮਿਸ਼ਨ ਕਹਿ ਲਓ ਉਹਨੂੰ ਕਿ ਮੈਂ ਉਬਰ ਚਲਾਉਣਾ ਤੇ ਇਹ ਮੈਂ ਕੰਮ ਕਰਾਂਗਾ, ਤੇ ਉਹਨਾਂ ਨੇ ਹਾਂ ਕਿਹਾ ਹੋਇਆ। ਜਿੱਦਾਂ ਅਸੀਂ ਦੱਸੀਦਾ ਕਿ ਵਰਕ ਤੇ ਜਾਣਾ ਜਾਂ ਅਸੀਂ ਦੱਸੀਦਾ ਕਿ ਪਲੈਜ਼ਰ ਲਈ ਚਲਾਈਦਾ, ਦੱਸਿਆ ਹੋਇਆ ਮੈਂ ਉਹਨਾਂ ਨੂੰ, ਤੇ ਉਹਨਾਂ ਨੇ ਹਾਂ ਕਹੀ ਹੋਈ ਹੈ। ਲੇਕਿਨ ਮੈਂ ਟ੍ਰਿਪ ਐਕਸੈਪਟ ਕਰ ਲਿਆ, ਉਹਨੂੰ ਕਹਿੰਦੇ ਤੁਸੀਂ ਆਨਲਾਈਨ ਚਲੇ ਗਏ। ਜਦ ਮੈਂ ਆਨਲਾਈਨ ਚਲਾ ਗਿਆ, ਉਸ ਤੋਂ ਬਾਅਦ ICBC ਨੇ ਕੁਛ ਨਹੀਂ ਕਰਨਾ, ਉਹ ਕਹਿੰਦੇ ਹੁਣ ਤੂੰ ਸਾਰਾ ਕੁਛ ਉਬਰ ਤੇ ਹੈ। ਅੱਛਾ ਦੇਵਪਾਲ, ਮੈਨੂੰ ਇਹ ਦੱਸੋ ਵੀ ਜੇ ਤੁਸੀਂ ਪੈਸੇਂਜਰ ਨਾ ਚੁੱਕਦੇ, ਤੁਸੀਂ ਕੰਮ 'ਤੇ ਨਾ ਜਾਂਦੇ, ਹਾਲੇ ਤੁਸੀਂ ਪੰਚਨ ਨਹੀਂ ਕੀਤਾ ਕਿ ਮੈਂ ਕੰਮ 'ਤੇ ਹਾਂ, ਤੁਸੀਂ ਵੈਸੇ ਹੀ ਆਪਣੇ ਪਰਿਵਾਰ ਨੂੰ ਲੈ ਕੇ ਡਿਨਰ ਕਰਨ ਜਾ ਰਹੇ ਹੋ ਕਿਤੇ, ਫਿਰ ICBC ਕਵਰ ਕਰਦੀ ਹੈ ਜੇ ਉਦੋਂ ਐਕਸੀਡੈਂਟ ਹੋ ਜਾਂਦਾ? ਹਾਂਜੀ, ਸੋ ਉਹ ਮੇਰੀ ICBC ਦੀ ਇੰਸ਼ੋਰੈਂਸ ਕਵਰ ਕਰਦੀ ਹੈ ਉਹ ਸਾਰਾ। ਜਦ ਤੱਕ ਮੈਂ ਉਬਰ 'ਤੇ ਕੰਮ ਕਰ ਰਿਹਾ, ਜਦ ਮੈਂ ਟ੍ਰਿਪ ਲਿਆ, ਉਸ ਟਾਈਮ 'ਤੇ ਉਹਨਾਂ ਦੀ ਬਲੈਂਕਟ ਇੰਸ਼ੋਰੈਂਸ ਆਉਂਦੀ ਹੈ। ਹਾਂਜੀ, ਅਤੇ ਅਦਰਵਾਈਜ਼ ਸਾਰਾ ਕੁਛ ICBC ਕਵਰ ਕਰਦੀ ਹੈ। ਜੇ ਹੁਣ ਇਹੀ ਸੇਮ ਕੇਸ ਮੇਰਾ ਵੈਸੇ ਹੋਇਆ ਹੁੰਦਾ, ਪਿੱਛੋਂ ਕਿਸੇ ਨੇ ਮਾਰਿਆ ਹੁੰਦਾ, ICBC ਨੇ ਮਿੰਟੋ ਮਿੰਟੀ ਮੈਨੂੰ ਨੰਬਰ ਦੇਣਾ ਸੀ, ਤੁਸੀਂ ਜਾਓ ਅਤੇ ਗੱਡੀ ਠੀਕ ਕਰਾ ਲਓ, ਇੱਕ ਵਾਰ ਵੀ ਉਹ ਦੂਜਾ ਕੁਐਸਚਨ ਨਹੀਂ ਪੁੱਛਦੇ। ਵੈਸੇ ਵੀ ਉਹ ਕਿਹੜਾ ਪੈਸੇ ਦੇ ਕੇ ਖੁਸ਼ ਹੈ ਤੇਰੇ ਸਾਹਿਬ, ਉਹ ਤਾਂ ਮਿੰਟੇ 'ਚ ਪਹਿਲਾਂ ਝਾੜ ਲੈਂਦੇ ਕਿ ਹੁਣ ਤੁਸੀਂ ਜਾਓ ਉਬਰ 'ਤੇ। ਤੁਹਾਡਾ ਰਾਬਤਾ ਬਣਦਾ ਰਿਹਾ ਉਹਨਾਂ ਨਾਲ ਜਦੋਂ ਤੁਸੀਂ ਕਹਿੰਦੇ ਮੈਂ ਫੋਨ ਕੀਤੇ ਉਹਨਾਂ ਨੂੰ? ਤਿੰਨ ਸਰ 2-2 ਘੰਟੇ ਵੇਟ ਲਾਈਨ 'ਚ ਕਰਕੇ ਨਾ, ਦੋ ਮੇਰੇ ਕੋਲ ਰੈਕਰਡ ਹੈਗੇ, 2-2 ਘੰਟੇ ਵੇਟ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਇੱਦਾਂ ਹੈਗਾ, ਇਹ ਕਹਿ ਰਹੇ ਹੈ ਉਬਰ ਵਾਲੇ, ਇਹ ਕਹਿ ਰਹੇ ਹੈ, ਸਾਰਾ ਰੈਕਰਡ ਉਬਰ ਦਾ ਹੈਗਾ, ਉਬਰ ਤਾਂ ਸਿੱਧਾ ਹੀ ਕਹਿ ਰਹੀ ਹੈ ICBC ਕੋਲ ਜਾ। ਮੈਂ ਕਿਹਾ ਤੁਹਾਨੂੰ ਰੂਲ ਰੈਗੂਲੇਸ਼ਨ ਤੁਹਾਡੀ ਵੈਬਸਾਈਟ 'ਤੇ ਲਿਖਿਆ ਹੋਇਆ, ਬਲੈਂਕਟ ਕਵਰੇਜ ਹੈ ਸਾਰਾ, ਉਹਨਾਂ ਨੂੰ ਭੇਜਿਆ ਮੈਂ, ਪਰ ਤੁਹਾਨੂੰ ਪਤਾ ਹੀ ਹੈ ਸਿੰਘ ਸਾਹਿਬ, ਉਬਰ 'ਤੇ ਕੋਈ ਰਿਸਪੋਂਸ ਨਹੀਂ ਹੈ, ਕੋਈ ਉਹ ਸੁਣਦੇ ਨਹੀਂ, ਕੁਛ ਨਹੀਂ ਕਰਦੇ। ਜਦ ਮੁਸੀਬਤ ਪੈ ਗਈ, ਕਿਸੇ ਨਾਲ ਤੁਸੀਂ ਗੱਲ ਵੀ ਨਹੀਂ ਕਰ ਸਕਦੇ। ਹੁਣ ਜੇ ਕਾਰ ਮੇਰੀ ਖਰਾਬ ਹੋਈ ਹੁੰਦੀ ਸਿੰਘ ਸਾਹਿਬ, ਜੇ ਟੋਟਲ ਲਾਸ ਵੀ ਹੋ ਗਈ ਆ, ਮੈਨੂੰ 60 ਵੱਜੀ ਹੁੰਦੀ, ਸਾਰਾ ਕੁਛ ਮੈਨੂੰ ਆਪ ਹੀ ਕਰਨਾ ਪੈਣਾ ਸੀ, ਮੇਰੇ ਹੱਥ ਮੇਰੀ ਸਪੋਰਟ ਹੈ ਜੀ ਕੋਈ। ਵਾਹ ਦੇਵਪਾਲ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਦੱਸਣ ਲਈ, ਬਹੁਤ ਸ਼ੁਕਰੀਆ। ਬਾਕੀ ਮੇਰਾ ਖਿਆਲ ਆ ਡਰਾਈਵਰਸ ਨੂੰ ਵੀ, ਕਈਆਂ ਨੂੰ ਸ਼ਾਇਦ ਪਹਿਲਾਂ ਪਤਾ ਹੋਏ, ਪਰ ਇਹ ਜ਼ਰੂਰ ਪਤਾ ਲੱਗ ਜਾਏਗਾ ਜਿਹਨਾਂ ਨੂੰ ਪਤਾ ਨਹੀਂ ਸੀ, ਅਤੇ ਉਹ ਲਾਜ਼ਮੀ ਤੌਰ 'ਤੇ ਇਹ ਉਹਨਾਂ ਨੂੰ ਚਿੱਠੀ ਲਿਖ ਸਕਦੇ ਨੇ, ਈਮੇਲ ਜਾਂ ਜਿਵੇਂ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ, ਅਤੇ ਇਹਦੇ ਬਾਰੇ ਹੋਰ ਵਿਚਾਰਾਂ ਕੀਤੀਆਂ ਜਾ ਸਕਦੀਆਂ ਨੇ। ਥੈਂਕ ਯੂ, ਥੈਂਕ ਯੂ ਸਰ।